सीरियस में सिर्फ एनी उंगल भी नहीं, उंगल बहुत है। अच्छा ਮੇਰੀ ਸਕਿਨ ਕੁਛ ਮਚਾਤੀ ਉਹਦੇ ਦਾ ਹੈਗਾ ਮੈਂ ਤੁਹਾਨੂੰ ਕਹੋ ਕਿ ਚਿੱਟੀ ਆਈ ਲਵ ਯੂ ਤੇ ਮੈਂ ਕਹੂੰਗਾ ਕਿ ਦਾ ਫੱਕ ਆਊਟ ਆਫ ਯਾਰ ਨੂੰ ਚਿੱਟੀ ਦੇ ਦੋ। ਦੇਖੋ ਜੀ ਇਹ ਜਿਹੜੀ ਪਿੱਛੇ ਬੈਕਗ੍ਰਾਉਂਡ ਦੀ ਗੱਲ ਕੀਤੀ ਮੈਂ ਰਾਤ ਨੂੰ ਮੈਂ ਕਿੱਥੇ ਜਾਣਾ ਸ਼ੋਅ ਤੋਂ ਬਾਅਦ ਮੈਂ ਆਪਣੇ ਹੋਟਲ ਚ ਜਾਣਾ ਹੁੰਦਾ ਕਿਉਂ ਮੇਰੇ ਘਰ ਲੜਾਈ ਪਵਾਉਣੀ ਸੀ ਤੇਰੇ ਹੱਥ ਦੀ ਲਕੀਰ ਦੇ ਕਿੰਨੀ ਦੌਲਤ ਏ ਉਹ ਖੱਬਾ ਹੀ ਇਹਦੇ ਚ ਹੁੰਦੀ ਹੈ ਦੌਲਤ। ਅਸਲਾਮ ਅਲੈਕੁਮ ਮੈਂ ਹੂੰ ਆਪਕੀ ਆਪਣੀ ਸ਼ੀਜ਼ਾ ਭੱਟ ਔਰ ਜੈਸੇ ਕਿ ਆਪ ਲੋਗੋ ਕੋ ਯੇ ਪਤਾ ਹੈ ਕਿ ਮੈਨੇ ਚੈਨਲ ਬਣਾਇਆ ਹੈ ਯੂਟਿਊਬ ਪੇ ਸ਼ੀਜ਼ਾ ਭੱਟ ਆਫੀਸ਼ੀਅਲ ਔਰ ਆਜ ਮੈਨੇ ਸੁਪਰ ਡੁਪਰ ਸਟਾਰ ਕੋ ਪਕੜਨਾ ਹੈ ਮੈਂ ਆਈ ਹੂੰ ਪਿੰਡੀ ਸਰੋਸ ਥੀਏਟਰ ਮੇ ਔਰ ਵੋ ਮੁਝੇ ਮਿਲ ਚੁਕੇ ਹੈ ਔਰ ਜਿਨਕਾ ਨਾਮ ਹੈ ਸੁਪਰ ਡੁਪਰ ਸਟਾਰ ਨਦੀਮ ਚਿੱਟਾ ਜੀ। ਆਜ ਮੈਨੇ ਉਨਸੇ ਕੁਛ ਡਿਸਕਸ ਕਰਨੀ ਹੈ ਕੁਛ ਬਾਤੇਂ ਕਰਨੀ ਹੈ ਕੁਛ ਉਨਕੇ ਦਿਲ ਕੀ ਬਾਤੇਂ ਪੂਛਨੀ ਹੈ ਔਰ ਕੁਛ ਉਨਕੇ ਇਸ਼ਕ ਕੇ ਬਾਰੇ ਮੇਂ ਪੂਛਨਾ ਹੈ ਚਲਤੇ ਹੈ। ਲੈ ਜੀ ਮੈਂ ਫੜ ਲੈ ਆਈ ਹਾਂ ਨਦੀਮ ਚਿੱਟਾ ਸਾਹਿਬ ਨੂੰ ਬਾਹਰ ਐਂਟਰੀ ਤੇ ਜਾ ਰਹੇ ਸੀ ਤੇ ਮੈਂ ਫੜ ਕੇ ਲੈ ਕੇ ਆ ਗਈ ਹਾਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਸ਼ੇਦਾ ਜੀ ਕੀ ਹਾਲ ਨੇ ਤੁਹਾਡੇ? ਮੈਂ ਠੀਕ ਠਾਕ। ਤੁਸੀਂ ਬੜੀ ਦੇਰ ਹੋ ਗਈ ਜੀ ਪਿੰਡੀ ਤੇ ਰਾਜ ਕਰੀ ਜਾ ਰਹੇ ਹੋ ਲਾਹੌਰ ਵਾਲੇ ਤਰਸੀ ਜਾ ਰਹੇ ਨੇ ਪਿੰਡੀ ਰਾਜ ਰਾਜ ਜਿਹੜੀ ਹੁੰਦੇ ਨਾ ਦੇਖੋ ਅੱਲਾ ਦਾ ਨਾਮ ਵੱਡਾ ਜਿੱਥੇ ਇਨਸਾਨ ਦਾ ਰਿਸਕ ਲਿਖਿਆ ਹੋਵੇ ਉੱਥੇ ਅੱਲਾ ਲੈ ਹੀ ਜਾਂਦਾ। ਇਹ ਜਿਹੜੀ ਪਿੰਡੀ ਦੀ ਪਬਲਿਕ ਹੈ ਗੁਜਰਾਂਵਾਲੇ ਦੀ ਸਾਹੀਵਾਲ ਦੀ ਜਿਵੇਂ ਫੁੱਲਾਂ ਦੀ ਅਲੱਗ ਅਲੱਗ ਖੁਸ਼ਬੂ ਹੁੰਦੀ ਹੈ ਇੱਥੇ ਇਹ ਵੇ ਕੇ ਇੱਥੇ ਅੱਲਾ ਦੇ ਦਾ ਬੜੀ ਸਰਕਾਰ ਦਾ ਸਦਕਾ ਉਹਨਾਂ ਦੀ ਧਰਤੀ ਤੇ ਇੱਥੇ ਦੇ ਲੋਕ ਜਿੰਨਾ ਪਿਆਰ ਕਰਦੇ ਨੇ ਉਹ ਲਾਈਕ ਕਰਨ ਲੱਗ ਪਏ ਇਸ ਕੰਮ ਨੂੰ ਕਿ ਬਈ ਇਹ ਬਿਹਤਰ ਹੈਗਾ ਵਰਨਾ ਇਹ ਬਸ ਮੈਂ ਇਹ ਨੀ ਕਹਿੰਦਾ ਹੁੰਦਾ ਕਿ ਬੰਦਾ ਬੜਾ ਟੈਲੈਂਟਡ ਹੈਗਾ ਇਹ ਰੱਬ ਦਾ ਕਰਮ ਹੀ ਹੁੰਦਾ ਸ਼ੀਲਾ ਜੀ ਜਿਵੇਂ ਤੁਹਾਡੇ ਤੇ ਕਰਮ ਹੈ ਕੋਈ ਦੁਆ ਹੁੰਦੀ ਹੈ ਉਸ ਦੁਆ ਇਹ ਇਫਤਖਾਰ ਠਾਕੁਰ ਸਾਹਿਬ ਵੀ ਕਹਿੰਦੇ ਹੁੰਦੇ। ਮੈਂ ਇੱਕ ਵਾਰੀ ਠਾਕੁਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਇਹ ਬੜੀ ਬੜੀ ਕਲੈਪ ਹੁੰਦੀ ਤੁਹਾਨੂੰ ਤੁਸੀਂ ਐਨ ਜਾਂਦੇ ਹੋ ਦੁਨੀਆ ਪਾਗਲ ਹੋ ਗਏ ਉਹ ਕਹਿੰਦੇ ਤੈਨੂੰ ਸਹੀ ਦੱਸਾਂ ਮੈਂ ਕਿਹਾ ਜੀ ਦੱਸੋ ਕਹਿੰਦੇ ਮੇਰੇ ਚ ਕੋਈ ਗੱਲ ਨੀ ਮੈਂ ਤੇ ਵੈਸੇ ਗੱਲਾਂ ਕਰਨਾ ਇਹ ਕੋਈ ਦੁਆ ਹੀ ਕਿ ਦੁਆ ਜਿਹੜੀ ਹੁੰਦੀ ਨਾ ਉਹ ਜਦੋਂ ਰੱਬ ਮਿਹਰਬਾਨ ਹੁੰਦਾ ਨਾ ਤੇ ਸਾਰੇ ਹੀ ਮਿਹਰਬਾਨ ਹੋ ਜਾਂਦੇ ਨੇ ਉਹੀ ਸ਼ਕਲ ਹੈ ਉਹੀ ਸਾਰਾ ਕੁਛ ਉਹੀ ਹੈ ਤੇ ਉਹ ਬਸ ਉਹਦਾ ਕਰਮ ਹੈਗਾ ਤੇ ਪਿੰਡੀ ਵੀ ਚੱਲ ਰਿਹਾ ਤੇ ਸਹੀ ਗੱਲ ਵੀ ਚੱਲ ਰਿਹਾ ਪਿੰਡੀ ਤਰ੍ਹਾਂ ਜ਼ਿਆਦਾ ਕਰਮ ਹੋਏ ਪਏ ਨੇ। ਮੈਂ ਵੇਖਿਆ ਕਿ ਚਲੋ ਸੋਹਣੀਆਂ ਕੁੜੀਆਂ ਕੋਈ ਭਾਰਾ ਪਿੱਛਾ ਹੋਵੇ ਕੋਈ ਅੱਗਾ ਹੋਵੇ ਉਹਦੇ ਪਿੱਛੇ ਪਠਾਨ ਆਸ਼ਕ ਹੁੰਦੇ ਨੇ ਤੇਰੇ ਤੇ ਅਸੀਂ ਕਿਹੜੀ ਖੂਬੀ ਕਿਤੇ ਪਠਾਨ ਤੇਰੇ ਪਿੱਛੇ ਪਾਗਲ ਹੋਵੇ ਤੇਰੇ ਨਾਮ ਦੇ 20-20 ਬੰਦੇ ਟਿਕਟਾਂ ਲੈਂਦੇ ਨੇ ਕਿ ਨਦੀਮ ਚਿੱਟਾ ਹੈ ਟਿਕਟ ਦੇ ਦੋ। ਦੇਖੋ ਜੀ ਇਹ ਜਿਹੜੀ ਪਿੱਛੇ ਬੈਕਗ੍ਰਾਉਂਡ ਦੀ ਗੱਲ ਕੀਤੀ ਮੈਂ ਕਹਿਣ ਦਾ ਮਕਸਦ ਇਹਦੇ ਕੁਛ ਗੱਲਾਂ ਉੱਥੇ ਹੀ ਸੂਟ ਕਰਦੀਆਂ ਹੁੰਦੀਆਂ ਤੇ ਇਹ ਬਸ ਇਹ ਮੁਹੱਬਤ ਹੀ ਹੈ ਉਹਨਾਂ ਦੀ ਸਾਰਿਆਂ ਦੀ ਇਹ ਪਿੰਡੀ ਵਾਲ ਜਿੰਨੇ ਵੀ ਨੇ ਸਾਰਿਆਂ ਦੀ ਮੁਹੱਬਤ ਹੈ ਕਿ ਉਹ ਇਸ ਕਾਬਿਲ ਸਮਝਦੇ ਨੇ ਕਿ ਯਾਰ ਇਹਨੂੰ ਵੇਖਣਾ ਚਾਹੀਦਾ ਸਹੀ ਕੰਮ ਕਰਦਾ। ਮੈਂ ਤੇ ਜਸਟ ਆਪਣੀ ਟਰਾਈ ਕਰਨਾ ਤੁਹਾਨੂੰ ਵੀ ਪਤਾ ਕਿ ਸਿਰਫ ਟਰਾਈ ਕਰੀ ਦੀ ਹੁੰਦੀ ਹੈ ਪੂਰਾ ਤੁਸੀਂ ਸਕੋਰ ਕਰੀ ਜਾਓ ਤੇ ਬਰਕਤ ਆਪੇ ਪੈ ਜਾਂਦੀ ਬਸ ਇੰਨੇ ਕੁ ਰੀਜ਼ਨ। ਉਹ ਤੇ ਗੱਲ ਠੀਕ ਹੈ ਲਾਹੌਰ ਤੋਂ ਤੁਸੀਂ ਇੱਥੇ ਆਏ ਜਿਹੜੀ ਉੱਥੇ ਜਿਹੜੀਆਂ ਆਸ਼ਕਾਂ ਨੇ ਤੁਹਾਡੀਆਂ ਜਿਹੜੀਆਂ ਚਾਹਣ ਵਾਲੀਆਂ ਨੇ ਪਿਆਰ ਕਰਨ ਵਾਲੀਆਂ ਨੇ ਪਰਵੇਜ਼ ਖਾਨ ਸਾਹਿਬ ਹੈ ਨਾ ਆਪਣੇ ਪਰਵੇਜ਼ ਖਾਨ ਸਾਹਿਬ ਉਹ ਪਤਾ ਕੀ ਕਹਿੰਦੇ ਮੈਨੂੰ ਕਿਸੇ ਨੇ ਪੁੱਛਿਆ ਯਾਰ ਨਦੀਮ ਕਿਹੜਾ ਹੈਗਾ ਜਿਸਕੋ ਫੀਲਡ ਮੇ ਇਸ਼ਕ ਹੁਆ ਤਾਂ ਉਹਨਾਂ ਨੇ ਉਰਦੂ ਚ ਕਿਹਾ ਕਹਿੰਦਾ ਨਹੀਂ ਇਸਕਾ ਧਿਆਨ ਨਹੀਂ ਥਾ ਸਿਰਫ ਕਾਂ ਨਹੀਂ ਕਰਦਾ ਥਾ ਇਸਕੋ ਇੰਟਰਸਟ ਹੀ ਨਹੀਂ ਥਾ ਤੇ ਮੈਨੂੰ ਵਾਕਿਆ ਨਹੀਂ ਸੀ ਤੇ ਜਦੋਂ ਅੱਲਾ ਨੇ ਨਵਾਜ਼ਤਾ ਤੇ ਫਿਰ
ਜਿਹੜਾ ਪਬਲਿਕ ਇਸ਼ਕ ਕਰਦੀ ਹੈ ਇਸ ਤੋਂ ਅੱਗੇ ਕਿਹੜਾ ਇਸ਼ਕ ਹੋ ਸਕਦਾ? ਤੁਸੀਂ ਛੱਡਦੇ ਐਵੇਂ ਤਾਂ ਨਹੀਂ ਕਿ ਇੱਕ ਸਟਾਰ ਦਾ ਗੁਜ਼ਾਰਾ ਹੁੰਦਾ? ਨਹੀਂ 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 ਗੱਲ ਦੱਸ, ਨਹੀਂ ਨਹੀਂ ਮੇਰਾ ਕੋਈ ਇਸ਼ਕ ਨਹੀਂ ਗਾ ਸਰ, ਕੰਮ ਦੇ ਸਿਲਸਿਲੇ ਚ। ਹਾਂ ਮੇਰਾ ਕੋਈ ਚੱਕਰ ਹੀ ਨਹੀਂ ਗਾ ਐਸਾ। ਮੈਂ ਸੁਣਿਆ ਕਿ ਘਰ ਇੱਥੇ ਲੈ ਲਿਆ ਆਪਣਾ ਜਾਤੀ ਲਕਾਰ ਲੈ ਲਿਆ ਇੱਥੇ ਆਪਣਾ ਹੋਟਲ ਚ ਧੱਕੇ ਖਾ ਰਿਹਾ ਹੁੰਦਾ ਮੈਂ ਤੇ ਘਰ ਕਿਤੇ ਇੱਥੇ ਲੈ ਲਿਆ। ਘਰ ਵਾਲੀ ਕੋਈ ਡਰ ਕੇ ਤੇ ਨਹੀਂ ਮੈਨੂੰ ਦੱਸ ਰਿਹਾ? ਨਹੀਂ ਘਰ ਵਾਲੀ ਵੀ ਵੇਖ ਰਹੀ ਆ ਤੇ ਉਹਨੂੰ ਪਤਾ ਹੈ ਕਿ ਅਸੀਂ ਕਿੱਥੇ ਜਗ੍ਹਾ ਲਈਏ, ਪ੍ਰੋਪਰਟੀ ਲਈਏ, ਜਿੰਨੇ ਪੈਸੇ ਅਸੀਂ ਦੋ ਮੀਆਂ ਬੀਵੀ ਨੇ ਜੋੜੇ ਨੇ। ਉਹ ਨਹੀਂ ਮੈਂ ਗੱਲ ਕਰ ਰਹੀ, ਕਿਸੇ ਦਾ ਘਰ ਵੀ ਤੇ ਸਾਡਾ ਆਪਣਾ ਹੀ ਹੁੰਦਾ ਨਾ। ਨਹੀਂ ਨਹੀਂ ਉਧਰ ਨਾ ਹੋ ਤੁਸੀਂ। ਤੇ ਰਾਤ ਨੂੰ ਕਿੱਥੇ ਜਾਣਾ ਹੈ? ਰਾਤ ਨੂੰ ਮੈਂ ਕਿੱਥੇ ਜਾਣਾ? ਸ਼ੋਅ ਤੋਂ ਬਾਅਦ ਮੈਂ ਆਪਣੇ ਹੋਟਲ 'ਚ ਜਾਣਾ ਹੁੰਦਾ। ਕਿਉਂ ਮੇਰੇ ਘਰ ਲੜਾਈ ਪਵਾਣੀ? ਤੁਸੀਂ ਵੀ ਉਹ ਪੁੱਠੇ ਸਵਾਲ ਕਰੀ ਜਾ ਰਹੇ ਹੋ। ਅੱਛਾ ਦੱਸ ਹੱਸ ਹੱਸ ਕੇ ਖਾਣਾ ਖਰਾਬ। ਇਹ ਔਰਤਾਂ ਇੰਝ ਹੀ ਕਰਦੀਆਂ ਹੁੰਦੀਆਂ ਨੇ। ਨਹੀਂ ਔਰਤਾਂ ਕੀ? ਅੱਛਾ ਨਦੀਮ ਤੇਰੇ ਹੱਥ ਨੂੰ ਮਾਜਣਾ ਸਹੀ ਨੇ। ਓ ਯਾਰ ਫੁਲਾਤ ਦੇ ਹੈਲੋ ਕੀ ਹੋ ਗਿਆ ਤੇਰੇ? ਅੱਜ ਮੈਂ ਦੇਣਾ ਜਾਨੀ ਤੇਰੇ ਹੱਥ ਦੀ ਲਕੀਰ ਦੇ ਕਿੰਨੀ ਦੌਲਤ ਏ ਉਹ ਖੱਬਾਈ ਇਹਦੇ ਚੰਦੀ ਦੀ ਦੌਲਤ। ਅੱਛਾ ਐਵੇਂ ਤੇ ਲੰਬੀ ਮਿਸਟਰ ਤੋਂ ਪੜਦੀ ਰਹੀ ਏ? ਐਵੇਂ ਤੇ ਲੰਬੀ ਲੈਣ ਏ ਵੇ ਤੁਸੀਂ ਕੀ? ਹਾਂ ਅੱਲਾ ਦਾ ਕਰਮ ਹੈਗਾ ਇਹ ਬਸ। ਸ਼ੁਰੂ ਤੋਂ ਲੈ ਕੇ ਐਂਡ ਤੱਕ ਸੈਂਟਰ ਦੀ ਦੇ ਕਿੱਥੇ ਤੱਕ ਜਾ ਰਹੀ ਏ? ਤੇ ਵੇਖ ਲੈ ਨੰਬਰ ਜਦੋਂ ਤੱਕ ਨੋਟਾਂ ਦੀ ਬਾਹਰ ਸਕਦਾ ਜਦੋਂ ਤੱਕ ਲਕੀਰ ਏ ਇਨਸ਼ਾਅੱਲਾ ਤੁਹਾਨੂੰ ਦੇ ਕੇ। ਲਾਹੌਰ ਦੀ ਜਿਹੜੀ ਪਬਲਿਕ ਹੈ ਸ਼ਿਜ਼ਾ ਸਾਹਿਬ, ਜਦੋਂ ਮੈਂ ਐਂਟਰ ਹੋਇਆ ਤੁਹਾਡੇ ਵਰਗੀਆਂ ਸੈਲੀਬ੍ਰਿਟੀਜ਼ ਨਾਲ ਕੰਮ ਕੀਤਾ, ਖੁਸ਼ਬੂ ਸਾਹਿਬਾਂ, ਨਰਗਿਸ ਸਾਹਿਬਾਂ, ਜਿਹਨੇ ਵੀ ਉਸ ਟਾਈਮ ਦੇ ਹੌਟ ਕੇਕ ਹੁਣ ਵੀ ਮਾਸ਼ਾਅੱਲਾ ਤੁਸੀਂ ਹੌਟ ਕੇਕ ਹੋ, ਤੇ ਕਹਿਣ ਦਾ ਮਕਸਦ ਇਹ ਕਿ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਲਾਹੌਰ ਨੇ ਮੈਨੂੰ ਇਹ, ਮੈਂ ਉਹ ਅਕਸਰ ਉਰਦੂ ਬੋਲਾਂਗਾ ਕਿ ਲਾਹੌਰ ਨੇ ਮੁਝੇ ਬਣਾਇਆ ਹੈ, ਰਾਵਲ ਪਿੰਡੀ ਗੁਜਰਾਂ ਵਾਲਾ ਨੇ ਮੁਝੇ ਬਤਾਇਆ ਹੈ। ਬਸ ਇੱਕ ਕੰਮ ਕੀਤਾ, ਇਹ ਕੋਈ ਮੈਂ ਇਹ ਬਕਵਾਸ ਹੀ ਸਮਝ ਲੈਣਾ ਕਿ ਮੈਂ ਕਦੀ ਇਲਾਕਾਈ ਤਾਸੁਬ ਜੁਗਤ ਨਹੀਂ ਕੀਤੀ, ਮੈਂ ਕਦੀ ਕਿਸੇ ਦੇ ਤਬਕੇ ਤੇ ਨਹੀਂ ਕੀਤੀ। ਹਾਂ ਜਦੋਂ ਟੀਨ ਏਜ ਨਵਾਂ ਨਵਾਂ ਡੈਬੀ ਹੁੰਦਾ ਤੈਨੂੰ ਪਤਾ, ਉਦੋਂ ਮੈਡਮ ਮਿਸਟੇਕਸ ਹੋ ਜਾਂਦੀਆਂ ਨੇ, ਬੰਦਾ ਵਕਤ ਦੇ ਨਾਲ ਨਾਲ ਸਿੱਖਦਾ ਰਹਿੰਦਾ। ਤੇ ਲਾਹੌਰ ਵੀ ਕਰੀਦਾ ਕੰਮ, ਲਾਹੌਰ ਵੀ ਮੁਹੱਬਤ ਮਿਲਦੀ ਹੈ, ਤੇ ਗੁਜਰਾਂ ਵਾਲਾ ਵੀ, ਸਾਹੀਵਾਲ ਵੀ, ਤੇ ਪਿੰਡੀ ਪਿੰਡੀ ਤਰ੍ਹਾਂ ਅੱਲਾ ਪਾਕ ਨੇ ਐਕਸਟਰਾ ਹੀ ਕਰਮ ਕਰ ਦਿੱਤਾ ਹੈ। ਕਦੀ ਇਸ ਤਰ੍ਹਾਂ ਹੋਇਆ ਕਿ ਮਤਲਬ ਕਿਸੇ ਵੀ ਡਰਾਮਾ ਕਰਨਗੇ ਉਹਦੇ, ਕਦੀ ਕਿਸੇ ਪ੍ਰੋਡਿਊਸਰ ਨਾਲ ਲੜਾਈ ਹੋ ਗਈ? ਨਹੀਂ ਮੈਂ ਲੜਾਕਾ ਹੈ ਹੀ ਨਹੀਂ, ਤੁਹਾਨੂੰ ਪਤਾ ਸ਼ਿੰਦਾ ਜੀ ਤੁਹਾਡੇ ਨਾਲ ਵੀ ਕਿੰਨਾ ਕੰਮ ਕੀਤਾ ਮੇਰੇ ਨਾਲ। ਜਿਹੜਾ ਬੰਦਾ ਮੇਰੇ ਬੰਦੇ ਕਹਿੰਦੇ ਨੇ ਨਾ ਕਿ ਯਾਰ ਉਹਨੇ ਮੇਰੇ ਪੈਸੇ ਖਾ ਲਏ, ਉਹਨੇ ਮੇਰੇ ਪੈਸੇ ਖਾ ਲਏ, ਬਈ ਤੁਸੀਂ ਇਹ ਨਾ ਦੱਸੋ ਉਹਨੇ ਖਾ ਲਏ, ਤੁਹਾਨੂੰ ਇੱਕ ਵਾਰੀ ਤੁਸੀਂ ਕੰਮ ਕਰੋ, ਅਗਰ ਉਹ ਤੁਹਾਡੇ ਪੈਸੇ ਖਾ ਰਿਹਾ ਨਾ ਤੇ ਤੁਸੀਂ ਨੈਕਸਟ ਟਾਈਮ ਨਾ ਕਰੋ, ਉਹਦੀ ਬੈਡ ਬਾਈਟਿੰਗ ਕਰਨੀ ਜਾਂ ਬੰਦਾ ਗੰਨੋ ਛੱਡ ਦਿਓ। ਫਿਰ ਇਹਦਾ ਮਤਲਬ ਹੈ ਕਿ ਤੁਸੀਂ ਉਹ ਜਦੋਂ ਕਹੇਗਾ ਨਾ ਮੇਰਾ ਡਰਾਮਾ ਕਰੀਏ ਦੁਬਾਰਾ, ਤੇ ਉਹਨੂੰ ਤੁਸੀਂ ਕਹਿ ਦਿਓ ਕਿ ਯਾਰ ਯੂ ਡਿਡ ਦਿਸ, ਤੂੰ ਇਹ ਕੀਤਾ ਸੀ, ਨਾਓ ਦੇਰ ਇਜ਼ ਅ ਰਿਜ਼ਲਟ ਇਨ ਫਰੰਟ ਆਫ ਯੂਰ ਆਈਜ਼ ਇਨਾਫ। ਨਹੀਂ ਮਾਂ ਸਦਕੇ ਜਾਏ ਤੇਰੀ ਇੰਗਲਿਸ਼ ਮੈਨੂੰ ਜਿਹੜੀ ਸਮਝ ਨਹੀਂ ਆਉਂਦੀ, ਉਹਨੂੰ ਲੱਗ ਨਹੀਂ ਸਮਝ। ਤੇ ਇਹ ਜਿਹੜਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਵੇਖਿਆ ਕਿ ਟਿਕਟੋਕ ਤੇ ਮਾਸ਼ਾਅੱਲਾ ਛਾਏ ਹੋਏ ਹੋ ਤੁਸੀਂ, ਇੰਨਾ ਟਾਈਮ ਕਿਸ ਤਰ੍ਹਾਂ ਦਿੰਦੇ ਹੋ ਆਪਣਾ? ਮਤਲਬ ਨੀਂਦ ਨਹੀਂ ਤੇਰੀ ਪੂਰੀ ਹੁੰਦੀ ਸੋਨੇ? ਨਹੀਂ ਮੈਡਮ ਇਹਦੇ 'ਚ ਗੱਲ ਪਤਾ ਕੀ ਆ, ਇਹਦੇ 'ਚ ਗੱਲ ਇਹ ਆ ਕਿ ਮੈਂ ਨਾ ਮੁਖਤਲਿਫ ਇੰਟਰਵਿਊਆਂ ਤੋਂ, ਸ਼ਾਰਟਸ ਤੋਂ, ਬਿਆਨਬਾਜ਼ੀਆਂ ਤੋਂ ਹਮੇਸ਼ਾ ਹੀ ਦੂਰ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਕਦੀ ਮੈਂ ਕਿਸੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕੀਤੀ, ਫਲਾਣਾ ਕੀ ਕਰ ਰਿਹਾ, ਫਲਾਣਾ ਕੀ ਕਰ ਰਿਹਾ। ਮੈਂ ਅਗਰ ਤੁਹਾਡੀ ਇੱਜ਼ਤ ਕੀਤੀ ਹੈ ਤੇ ਮੈਂ ਖੁਸ਼ਬੂ ਸਾਹਿਬਾਂ ਦੀ ਵੀ ਉਨੀ ਕੀਤੀ ਹੈ। ਮੈਂ ਹਰ ਜਿੰਦੇ ਨਾਲ ਮੇਰਾ ਤਲਕ ਹੈ ਮੈਂ ਉਹਦੇ ਨਾਲ ਉਨੀ ਇੱਜ਼ਤ ਕੀਤੀ ਹੈ। ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਟਿਕਟੋਕ ਦੇ ਹਵਾਲੇ ਨਾਲ, ਉਹ ਕਿਉਂਕਿ ਬਿਆਨਬਾਜ਼ੀ ਮੈਂ ਕਰਦਾ ਨਹੀਂ, ਫਿਰ ਉਹ ਬੰਦੇ ਕਹਿੰਦੇ ਸਨ ਕਾਲਾ ਜਾਂ ਮੁੰਡਾ ਕੌਣ, ਇਹਦੇ ਨਾਲ ਕਿੱਥੇ ਗੱਲ ਹੋਈ। ਫਿਰ ਮੈਨੂੰ ਇੱਕ ਪਲੇਟਫਾਰਮ ਮਿਲਿਆ ਜਦੋਂ ਕਰੋਨਾ ਨਹੀਂ ਆਇਆ, ਉਸ ਦੌਰਾਨ ਮੈਂ ਬੀਗੋ ਤੇ ਆਇਆ, ਇੱਕ ਐਪ ਹੈਗੀ ਸੋਸ਼ਲ ਐਪ, ਉਹਦੇ ਤੇ ਬੈਠਾ ਰਿਹਾ, ਸਾਰੇ ਬੈਠੇ ਰਹੇ, ਸਾਰੇ ਹੀ ਆਏ ਸਨ, ਸਾਰੀ ਸੈਲੀਬ੍ਰਿਟੀਜ਼ ਆਈਆਂ। ਫਿਰ ਉਸ ਦੌਰਾਨ ਮੈਂ ਉੱਥੇ ਰਿਹਾ, ਉਸ ਤੋਂ ਬਾਅਦ ਜਦੋਂ ਮੈਂ ਲਾਈਵ ਟਿਕਟੋਕ ਤੇ ਆਇਆ ਵਾਂ, ਤੇ ਉੱਥੇ ਮੈਂ ਕਿਹਾ ਕਿ ਚਲੋ ਯਾਰ ਜਦੋਂ ਆਊਟ ਆਫ ਸਿਟੀ ਹੁੰਦੇ ਬਹਿ ਜਾਂਦੇ, ਨਾਲ ਪੈਸੇ ਵੀ ਆਉਂਦੇ ਨੇ ਜਿਹੜੇ ਲੋਕ ਓਵਰਸੀਜ਼ ਜਿੰਨੇ ਨੇ,
ਉਹ ਬੜੀ ਮੁਹੱਬਤ ਕਰਦੇ ਨੇ ਬੜਾ ਪੈਸਾ, ਤੁਹਾਨੂੰ ਤੁਸੀਂ ਘੱਟ ਕਮਾਇਆ, ਆਪ ਤੁਸੀਂ ਮੀਸਣੇ ਹੋ ਕੇ ਬੈਠੇ, ਇਹਨਾਂ ਨੂੰ ਵੀ ਦੁਨੀਆਂ ਨੇ ਬੜੀ ਗਿਫਟਿੰਗ ਕੀਤੀ, ਇਹਨਾਂ ਕੋਲ ਵੀ ਬੜਾ ਪੈਸਾ। ਤੇ ਉਹ ਜਿਹੜਾ ਲਾਈਵ ਤੇ ਟਿਕਟੋਕ ਤੇ ਬਹਿਣਾ ਸੀ ਨਾ, ਉਹ ਫਿਰ ਬੀਗੋ ਤੋਂ ਮੈਂ ਉੱਧਰ ਆਇਆ, ਮੈਂ ਕਿਹਾ ਬਾਕੀ ਵੀ ਤੇ ਕਿੰਨੇ ਬੈਠੇ ਨੇ, ਅਸੀਂ ਵੀ ਬੈਠੇ ਨੇ, ਨਾਲੇ ਜਿਹੜੇ ਲੋਕ ਨਹੀਂ ਗੱਲਬਾਤ ਕਰ ਪਾਉਂਦੇ ਸਨ, ਚਲੋ ਉਹਨਾਂ ਦੇ ਨਾਲ ਗੱਲਬਾਤ ਹੋ ਜਾਂਦੀ ਸੀ, ਉਹ ਖੁਸ਼ ਹੋ ਜਾਂਦੇ ਸਨ, ਉਹਨਾਂ ਦੀ ਖੁਸ਼ੀ ਦੇ ਵਿੱਚ ਉਹ ਗਿਫਟਿੰਗ ਕਰਦੇ ਸਨ, ਗਿਫਟਿੰਗ ਨਾਲ ਸਾਨੂੰ ਪੈਸੇ ਆਉਂਦੇ ਸਨ, ਤੇ ਉਹ ਪੈਸੇ ਆਉਂਦੇ ਕਿਹਨੂੰ ਪੈਣੇ ਲੱਗਦੇ ਨੇ। ਲੇਕਿਨ ਟਿਕਟੋਕ ਤੇ ਕੋਈ ਇਸ਼ਕ ਚੱਲਿਆ ਨਹੀਂ ਯਾਰ? ਤੁਸੀਂ ਗੱਲ ਇਸ਼ਕ ਤੇ ਮੁਕਦੀ, ਤੁਹਾਡੀ ਜ਼ਿੰਦਗੀ ਇੰਨੀ ਗੁਜ਼ਰੀ ਹੈ ਤੇ ਮਤਲਬ ਕਿ ਮੇਰੀ ਵੀ ਇੰਜੀ ਲੰਘੇ ਯਾਰ। ਮੈਨੂੰ ਟਿਕਟੋਕ ਤੇ ਹਰ ਬੰਦਾ ਲਵ ਯੂ ਕਹਿੰਦਾ, ਹਮ ਆਪਕੇ ਫੈਨ ਹੈ, ਇਹ ਹੈ, ਉਹ ਹੈ, ਕੋਈ ਕੁੜੀ ਤਾਂ ਤੁਹਾਨੂੰ ਵੀ ਕਹਿੰਦੀ ਹੋਈ ਯਾਰ। ਸਾਡੇ ਕੋਲ ਤੇ ਐਸੈਸਰੀ ਹੈ ਨਾ, ਲਵ ਯੂ ਕਹਿੰਦੀ ਮੈਨੂੰ, ਮੇਰੇ ਕੋਲ ਨਹੀਂ, ਮੇਰੇ ਕੋਲ ਐਸਾ ਕੋਈ ਚੱਕਰ ਨਹੀਂਗਾ। ਮੈਨੂੰ ਜਿਹੜਾ ਲਵ ਕਰਦੇ ਨੇ ਉਹ ਉਹਨਾਂ ਦੀ ਮੁਹੱਬਤ ਹੈ, ਉਹ ਕਹਿੰਦੇ ਨੇ ਜੋਕ ਸੁਣਾ ਦੇ, ਕੋਈ ਗੱਲ ਸੁਣਾ ਦੇ ਯਾਰ, ਉਹ ਜਿਹੜਾ ਰੈਪ ਕੀਤਾ ਸੀ ਉਹ ਸੁਣਾ ਦੇ, ਫਲਾਂ ਕਰਦੇ ਹੋ ਜਿਹੜੀ ਤੂੰ ਸ਼ੀਜ਼ਾ ਬੱਟ ਸਾਹਿਬਾਂ ਨਾਲ ਕੋਈ ਕਾਮੇਡੀ ਕੀਤੀ ਸੀ ਉਹ ਸੁਣਾ ਦੇ, ਖੁਸ਼ਬੂ ਸਾਹਿਬਾਂ ਨੂੰ ਤੂੰ ਕੀ ਕਿਹਾ ਸੀ, ਜਿਵੇਂ ਤੂੰ ਸ਼ੀਜ਼ਾ ਨੂੰ ਕਿਹਾ ਸੀ ਕਿ ਵੁੱਡ ਯੂ ਲਾਈਕ ਟੂ ਪ੍ਰੈਗਨੈਂਸੀ, ਤੇ ਉਹ ਲੜ ਪਈ, ਮਤਲਬ ਐਸਾ ਕੁਛ ਇਹ ਕਹਿੰਦੇ ਨੇ ਸਾਨੂੰ, ਇਹ ਡਿਮਾਂਡ ਨਾ। ਪੱਕੀ ਗੱਲ ਹੈ, ਪੱਕੀ। ਹੁਣ ਅੱਗੇ ਤੁਹਾਡੀ ਕੀ ਖੁਆਇਸ਼ ਹੈ ਕਿ ਤੁਸੀਂ ਅੱਗੋਂ ਕੀ ਬਣਨਾ ਚਾਹੁੰਦੇ ਹੋ? ਅੱਗੇ ਯਾਰ ਇਹੀ ਹੈ ਕਿ ਜੋ ਕੰਮ ਕਰ ਰਹੇ ਹਾਂ ਬਸ ਇਹ ਹੀ ਬਿਹਤਰ ਕਰ ਲਈਏ, ਇਹ ਅੱਛੇ ਤਰੀਕੇ ਨਾਲ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਕਰਨਾ ਅਡਲਟ ਗੱਲ, ਸਿੱਧੀ ਗੱਲ ਹੈ, ਮੈਂ ਵਲਗਰ ਤੋਂ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਦੂਰ ਰਵਾਂ, ਇਹ ਨਹੀਂ ਮੈਂ ਕਹਿ ਰਿਹਾ ਹੁਣ ਤੁਸੀਂ ਕਾਮੇਡੀ ਤੇ ਸ਼ੁਰੂ ਨਾ ਹੋ ਜਾਣਾ ਕਿ ਮੈਂ ਵਲਗਰ ਨਹੀਂ ਕਰਦਾ, ਵਲਗਰ ਮੈਂ ਕੀਤਾ, ਲੇਕਿਨ ਮੈਂ ਅਪੋਲੋਜਾਈਜ਼ ਵੀ ਕੀਤਾ, ਮੇਰਾ ਜਿੰਨਾ ਤੁਸੀਂ ਡਰਾਮਾ ਚੁੱਕੋਗੇ ਅਡਲਟ ਹੋ ਗਿਆ, ਪੰਜਾਬੀ ਜ਼ਬਾਨ ਹੀ ਅਡਲਟ ਰਹੇਗੀ, ਡਬਲ ਮੀਨਿੰਗ, ਠੀਕ ਹੈ, ਉਹ ਮੈਂ ਕੋਸ਼ਿਸ਼ ਕਰ ਰਿਹਾ ਉਨੀ ਕੁ ਰੇਸ਼ੋ ਜਿਹੜੀ ਮੈਂ ਬਰਦਾਸ਼ਤ ਵੀ ਕੋਈ ਕਰ ਸਕੇ, ਮੇਰੀ ਸਕਿਨ ਕੁਛ ਮਚਾਤੀ ਉਹਨੂੰ ਹੈਗਾ, ਕਹਿਣ ਦਾ ਮਕਸਦ ਇਹ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਇਹ ਬੈਸਟ ਕਰਦੇ ਰਹੀਏ, ਔਰ ਇਹੀ ਸਾਡਾ ਅੱਗੇ ਫਿਊਚਰ ਪਲਾਨ ਕਿ ਇਹਨੂੰ ਮਜ਼ੀਦ ਅੱਛੇ ਤੋਂ ਅੱਛਾ ਹੋ ਜਾਵੇ। ਲੇਕਿਨ ਮਾਸ਼ਾਅੱਲਾ ਮੈਂ ਵੀ ਦੇਖਿਆ ਕਿ ਹੁਣ ਮੈਂ ਇੱਥੇ ਆ ਕੇ ਡਰਾਮਾ ਕੀਤਾ, ਮੈਂ ਕਿ ਨਹੀਂ ਮੈਂ ਤੁਸੀਂ ਇਨਫਾਰਮ ਜੀਆ ਬਟ ਫਰੀਆ ਖਾਨ ਸੱਜਣਾ, ਲੇਕਿਨ ਇੱਥੇ ਤੁਸੀਂ ਡਾਇਰੈਕਸ਼ਨ ਖੁਦ ਕੀਤੀ ਹੈ, ਡਾਇਰੈਕਟਰ ਔਰ ਰਾਈਟਰ ਖੁਦ ਇਹਨਾਂ ਨੇ ਮਤਲਬ ਡਰਾਮਾ ਤਿਆਰ ਕੀਤਾ, ਉਹ ਸਭ ਨੂੰ ਜੋ ਟਾਈਮ ਬਣਦਾ ਉਹ ਸਭ ਨੂੰ ਟਾਈਮ ਦਿੱਤਾ, ਮਤਲਬ ਕਿ ਟੀਮ ਬਹੁਤ ਵੱਡੀ ਸੀ, ਉਹ ਸਭ ਨੂੰ ਤੁਸੀਂ ਐਡਜਸਟ ਕੀਤਾ, ਇਹ ਦਿਮਾਗ ਕਿੱਥੋਂ ਲੈ ਕੇ ਆਏ? ਸਾਰੇ ਅਰਜ਼ ਇਹ ਆ ਕਿ ਇਹ ਨਸੀਮ ਵਿੱਕੀ ਸਾਹਿਬ, ਜ਼ਫਰੀ ਖਾਨ ਸਾਹਿਬ, ਠੀਕ ਹੈ, ਇਫਤਖਾਰ ਠਾਕੁਰ ਸਾਹਿਬ, ਮੈਂ ਜਿੰਨਾ ਲੋਕਾਂ ਦੇ ਵਿੱਚ ਰਿਹਾ ਵਾ ਨਾ, ਇਹ ਕੋਈ ਇਹ ਨਹੀਂ ਮੈਂ ਕਹਾਂਗਾ ਕਿ ਮੈਂ ਬੜਾ ਟੈਲੈਂਟਡ ਆ, ਮੈਂ ਉਹਨਾਂ ਤੋਂ ਸਿੱਖਿਆ ਸਾਰਿਆਂ ਤੋਂ, ਜਿੰਨਾ ਜੀ ਮੈਂ ਸਿੱਖਿਆ ਸੀ, ਜਿੰਨੀ ਕਾਕਲ ਸੀ ਉਹਦੇ ਮੁਤਾਬਿਕ ਕੀਤਾ, ਇਹ ਸਿੱਖਿਆ ਹੀ ਕੰਮ ਆ ਜਾਂਦਾ ਇਨਸਾਨ, ਇਹ ਉਹਨਾਂ ਦੇ ਕਦੇ ਥੋੜੇ ਜਿਹਾ ਵਿੱਕੀ ਭਾਈ ਦਾ ਪਾੜ, ਜ਼ਫਰੀ ਭਾਈ ਦਾ, ਉਹ ਭਾਈ ਨਾਸਰ ਕੀ ਕਰਦੇ ਸਨ, ਉਹ ਡਰਾਮੇ ਨੂੰ ਬਣਾਉਂਦੇ ਕਿਸ ਸਿਚੁਏਸ਼ਨ ਕਿਹੜੇ, ਕਿ ਵੱਡੇ ਐਕਟਰ ਨੂੰ ਤੁਸੀਂ ਕੀ ਰੱਖਣਾ, ਉਹਦੇ ਨਾਲ ਗੱਲ ਕਿਹੜੀ ਕਰਨੀ, ਸ਼ੀਜ਼ਾ ਭੱਟ ਸਾਹਿਬ ਅਗਰ ਖਲੋਤੇ ਨੇ ਤੇ ਸ਼ੀਜ਼ਾ ਨੂੰ ਕਿਵੇਂ ਗੱਲ ਕਰਨੀ, ਇਹ ਹੁਣ ਪਹਿਲੇ ਗਾਣਿਆਂ ਲਈ ਨਾ ਕਿੰਝ ਕਰਨੀ, ਇਹ ਫਿਰ ਤਰੀਕਾ ਕਾਰ ਰਹੇ ਤੋਂ ਹੀ ਸਿੱਖ ਕੇ ਮੈਂ ਕਰਤਾ ਜੋ ਨਹੀਂ। ਮਾਸ਼ਾਅੱਲਾ ਉਹਨਾਂ ਦਾ ਨਾਮ ਹੋ ਗਿਆ, ਨਾ ਨਾਮ ਹੋ ਗਿਆ ਤੁਹਾਡਾ, ਅਲਹਮਦੁਲਿਲਾ। ਅਗਰ ਮੈਂ ਹੀ ਤੁਹਾਨੂੰ ਕਹੋ ਕਿ ਚਿੱਟੀ ਆਈ ਲਵ ਯੂ, ਤੇ ਮੈਂ ਕਹਾਂਗਾ ਕਿ ਦਾ ਫੱਕ ਆਊਟ ਆਫ ਯਾਰ ਨੋ, ਮਤਲਬ ਕਿ ਆਪ ਯਹਾਂ ਸੇ ਚਲੀ ਜਾਓ, ਇਹ ਕਹਿ ਲਓ, ਔਰ ਇਹ ਮਜ਼ਾਕ ਦੀ ਗੱਲ ਹੈ, ਇਹ ਤੇ ਕਿਤੇ ਤੂੰ ਚੈਨਲ ਤੋਂ ਹਟ ਕੇ ਮੈਨੂੰ ਕਹਿਵੇਂ ਤੇ ਫੇਰ ਆਪਣੀ ਬੁੱਢੀ ਨੂੰ ਬੁਲਾਵਾਂਗਾ, ਮੈਂ ਕਹਿਵੇਂ ਕੁਛ ਉਹਦੇ ਤੋਂ ਕਹਿਣਾ, ਨਾ ਤੂੰ ਤੇ ਮੇਰੀ ਭੈਣ ਹੈ, ਮਜ਼ਾਕ ਕਰਨ ਦੇ ਦੀ ਬਕਵਾਸ ਕਰ ਰਹੀ ਹੈ। ਨਹੀਂ ਮੈਂ ਤੇ ਮੈਂ ਤੇਰਾ ਘਰ ਬਚਾਉਣ ਵਾਸਤੇ ਮੈਂ ਭਾਬੀ ਵੀ ਕਹਿ ਰਿਹਾ, ਹਾਂ ਲੈ ਆਪਣੀ ਨਹੀਂ, ਅੱਛਾ ਇੱਥੇ ਅੱਗੇ ਪੇਟ ਕਿਉਂ ਨਿਕਲ ਗਿਆ ਥੋੜਾ ਜਿਹਾ, ਉਹ ਕਿੱਥੇ ਨਿਕਲਿਆ ਵੇਖ ਤੁਸੀਂ, ਇਹ ਪੇੜ ਇਹ ਵੀ ਸਹੀ ਹੈ, ਸਾਰਾ ਕੁਝ ਤੇਰਾ ਮਜ਼ਬੂਤ ਦੇ ਤੇਰੀ ਪ੍ਰੋਬਲਮ ਕੀ ਆ, ਮੈਂ ਤੇ ਤੂੰ ਸਾਹਮਣੇ ਲੇਕਿਨ ਕਸ਼ਿਸ਼ ਬੜੀ ਨੇ, ਮੈਂ ਕਸ਼ਿਸ਼ ਬੜੀ ਹੈ। ਹੋਰ ਅੱਛਾ ਤੇਰਾ ਦਿਲ ਕਰੇ ਅਗਰ ਮਤਲਬ ਕਿਸੇ ਨੂੰ ਲਵ ਯੂ ਕਹਿਣ ਨੂੰ ਤੇ ਕਿਸਾ ਕਹੋਗੇ? ਨਹੀਂ ਇਹ ਦੱਸਣਾ ਬਈ ਕਿਹਨੂੰ ਕਹਿਣ ਨੂੰ, ਕਿਹਨੂੰ ਕਹਿਣਾ ਚਾਹ ਰਿਹਾ, ਆਪ ਸਮਝ ਲੈ ਕਿ ਮੈਂ ਤੇਰੀ ਬੀਵੀ ਬੈਠੀ ਹਾਂ, ਮੈਂ ਕਹਾਂਗਾ ਲਵ ਯੂ ਬੇਬੀ, ਇਸ ਇਸ ਮਹੀਨੇ ਦਾ ਖਰਚਾ ਮੈਂ ਨਹੀਂ ਦਿੰਦੇ ਮੇਰੇ ਘਰ, ਇਹ ਹੀ ਕਹਾਂ
ਜੋ ਮੈਂ ਆਪਣੀ ਬੁੱਢੀ ਨੂੰ ਕਹਿੰਦਾ, ਲੇਕਿਨ ਉਹ ਪੈਸਿਆਂ ਤੋਂ ਮੈਨੂੰ ਉਹ ਵੀ ਨੀ ਕਹਿੰਦੀ ਹੁੰਦੀ, ਕਹਿੰਦੀ ਉਹਨੂੰ ਪਤਾ ਕਿੰਨੇ ਆਪ ਹੀ ਦੇ ਦੇਣੇ, ਲੇਕਿਨ ਅਸੀਂ ਐਕਟਰ ਨਫੀਸ ਵੀ ਬਹੁਤ ਹੈਗਾ, ਬੱਚਤ ਤੋਂ ਪਹਿਲੀ ਹਰ ਚੀਜ਼ ਪੂਰੀ ਕਰ ਦੇਣੀ ਭਾਵੇਂ ਆਪਣੀ ਜਾਨ ਨਿਕਲ ਜਾਏ, ਉਹ ਟਾਸਕ ਹੁੰਦਾ ਨਾ, ਸੰਕਾਰ ਹੁੰਦਾ ਸਰ। ਬਾਕੀ ਵੀ ਬੜੇ ਬੜੇ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੇ, ਜਿਹੜੇ ਜ਼ਿੰਮੇਵਾਰ ਹੁੰਦੇ ਨੇ, ਉਹਨੇ ਪਹਿਲੇ ਸੋਚਿਆ ਹੁੰਦਾ ਕਿ ਯਾਰ ਇਹ ਕੰਮ ਮੈਂ ਪਹਿਲੇ ਕੰਪਲੀਟ ਕਰਨਾ ਬਾਕੀ ਬਾਅਦ ਚ। ਤੇ ਫਨਕਾਰ ਦਾ, ਕਿਉਂਕਿ 24 ਕਰੋੜ ਆਵਾਮ ਹੈ ਗਿਣਤੀ ਦੇ ਫਨਕਾਰ ਨੇ ਜਿਹਨਾਂ ਨੇ ਤੁਹਾਨੂੰ ਇੰਟਰਟੇਨ ਕੀਤਾ, ਤੇ ਉਹਨਾਂ ਦੀ ਜ਼ਰਾ ਜਿਹੜੀ ਹਿੱਸ ਹੁੰਦੀ ਉਹ ਹੋਰ ਹੁੰਦੀ। ਅਗਰ ਬਾਹਰ ਦੇ ਮੁਲਕ ਚਾਂਸ ਮਿਲੇ ਤਾਂ ਫਟਾਫਟ ਮਿਲਿਆ, ਚਾਂਸ ਕਿੰਨੀ ਵਾਰੀ ਮਿਲਿਆ, ਲੇਕਿਨ ਇਹ ਵੇਖ ਕੇ ਉਹ ਅਲਹਮਦੁਲਿਲਾ ਇੱਥੇ ਇੱਥੇ ਹੀ ਇੰਨਾ ਕੰਮ ਹੈ, ਤੇ ਜਦੋਂ ਆਏਗਾ ਚਾਂਸ, ਜਦੋਂ ਇਹ ਤਕਦੀਰ ਦੇ ਕੰਮ ਨੇ ਸ਼ੀਦਾ ਜੀ, ਜਦੋਂ ਰੱਬ ਨੇ ਜਿੱਥੇ ਰਿਜ਼ਕ ਲਿਖਿਆ ਉਦੋਂ ਆਪੇ ਤੁਸੀਂ ਲੈ ਜਾਣਾ ਹੁੰਦਾ। ਨਹੀਂ ਨਹੀਂ ਸੋਨੇ, ਮੇਰਾ ਹੱਥ ਲਵਾ ਤੇਰਾ, ਮੈਂ ਬਾਹਰ ਦਾ ਸਫ਼ਰ ਖੋਲਾਂ। ਸਫ਼ਰ ਖੋਲਾਂ ਏਡੀ ਤੂੰ ਸੀਰੀਅਸ? ਮੈਂ ਸਿਰਫ ਇੰਨੀ ਉਂਗਲ ਹੀ ਫੇਰਨੀ। ਉਂਗਲ ਬਹੁਤ ਫੇਰੀ, ਅੱਛਾ ਕਿਹੜੇ ਪਾਸਲੇ ਜਾ ਰਹੀ ਹੈ ਗੱਲ। ਅੱਛਾ ਜੀ, ਜਾਂਦੇ ਜਾਂਦੇ ਕੋਈ ਆਪਣੀ ਜ਼ਿੰਦਗੀ ਦਾ ਕੋਈ ਅਹਿਮ ਮੈਸੇਜ ਦੇਣਾ ਹੋਏ ਪਬਲਿਕ ਨੂੰ, ਮੈਸੇਜ ਜਿਹੜਾ ਕਦੀ ਕਿਸੇ ਨੂੰ ਨਾ ਦਿੱਤਾ ਹੋਏ, ਉਹ ਮੈਸੇਜ ਦੇਣਾ ਹੈ। ਮੈਂ ਲੰਮੀਆਂ ਗੱਲਾਂ ਨਹੀਂ ਕਰਦਾ, ਮੈਂ ਸ਼ਾਰਟ ਗੱਲ ਕਰਾਂਗਾ ਔਰ ਉਹ ਛੋਟੀ ਗੱਲ ਹੋਏਗੀ। ਉਸ ਗੱਲ ਨੂੰ ਪਤਾ ਤੁਸੀਂ ਕਰਨਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਪੋਜ਼ਿਟਿਵ ਰਹਿਣਾ, ਪੋਜ਼ਿਟਿਵ ਪੇਸ਼ੈਂਸ, ਇਹ ਚੀਜ਼ਾਂ ਤੁਹਾਡੇ ਚ ਹੋਣੀ ਚਾਹੀਦੀਆਂ। ਪੋਜ਼ਿਟਿਵ ਰਹੋ, ਪੇਸ਼ੈਂਸ ਰਹੋ, ਔਰ ਤਿੰਨ ਚੀਜ਼ਾਂ ਉਹ ਅਸੀਂ ਕੋਈ ਦਾਨਿਸ਼ਵਰ ਤੇ ਨਹੀਂ ਗਏ, ਲੇਕਿਨ ਜਿੰਨਾ ਕੁ ਐਕਸਪੀਰੀਅੰਸ ਹੈ ਉਹਦੇ ਮੁਤਾਬਿਕ ਤਿੰਨ ਚੀਜ਼ਾਂ ਤੁਹਾਡੇ ਅੰਦਰ ਮਸਟ ਹੋਣੀ। ਦੋ ਪਹਿਲੀਆਂ ਤੇ ਤਿੰਨ ਹੈ, ਆਜ਼ੀ, ਸਖਾਵਤ, ਰਹਿਮ ਦਿਲੀ। ਜੇ ਤੁਹਾਡੇ ਚ ਤਿੰਨ ਚੀਜ਼ਾਂ ਹੈਗੀਆਂ ਨਾ, ਤੇ ਅੱਲਾਹ ਦੇ ਹੁਕਮ ਨਾਲ ਤੁਸੀਂ ਕਦੀ ਨਾਕਾਮ ਨਹੀਂ ਹੋ ਸਕਦੇ। ਤਿੰਨੋ ਚੀਜ਼ਾਂ ਮੇਰੇ ਜਿੰਦ ਮੈਨੂੰ ਅਪਣਾ ਲੈ। ਖੈਰ ਹੋਵੇ ਤੇਰੀ, ਏਡਾ ਜੌਨ ਸਿੰਘ ਦਾ ਕੌਣ ਰਿਸਕ ਲਵੇ। ਬਾਏ ਗਾਇਜ਼, ਥੈਂਕ ਯੂ, ਵਿਸ਼ ਯੂ ਆਲ ਦਾ ਬੈਸਟ। ਸਲਾਮਤ ਰਹੀ, ਚੈਨਲ ਕੋ ਸਬਸਕ੍ਰਾਈਬ ਕਰਦੇ। ਥੈਂਕ ਯੂ ਸ਼ਿਦਾ ਜੀ।